पाकिस्तान तो सिख श्रद्धालुओं का जत्था पहुंचा भारत। 44 के करीब यह सिख श्रद्धालुओं का जत्था आया पाकिस्तान के ननकाना साहब तो। पाकिस्तान तो जो जिन्ना भी जत्था आया है 44 मेल फीमेल सानू अज बड़ी खुशी है कि जेडे पहली बारी आए हैं उन्होंने तो खुशी की इंतहा नहीं है कि बच्चे साडे नाल बैठे ने फैमिलियां साडे नाल बैठिया ने वो कह रही है कि सानू एक सुपना जिहा लग रहा है कि असीं इत्थे भारत विच आए श्री गुरु रामदास साहिब जी दे दर ते हाजरी भरन जा रहे हैं। यह जत्था पंजाब अते दिल्ली च सिख गुरु धामा दे करेगा दर्शन। ਸਿੱਖੋਂ ਸਿੱਧੀ ਦਰਬਾਰ ਸਾਹਿਬ ਜਾਏਗੀ ਉੱਥੇ ਸਾਰੇ ਸ਼ਰਧਾਲੂ ਆਪਣੇ ਦਰਸ਼ਨ ਕਰਨ ਤੋਂ ਉਪਰੰਤ ਇਹ ਅਗਲੇ ਪੜਾਅ ਲਈ ਦਿੱਲੀ ਰਵਾਨਾ ਹੋਣਗੇ। ਮੈਂ ਇਤਨਾ ਖੁਸ਼ ਹੂੰ ਮੈਂ ਬਤਾ ਨਹੀਂ ਸਕਦਾ ਕਿਉਂਕਿ ਪਹਿਲੀ ਵਾਰ ਮੈਂ ਇੰਡੀਆ ਆਇਆ ਹੂੰ ਔਰ ਅਭੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨ ਕਰੇਂਗੇ ਦਿੱਲੀ ਜਾਏਂਗੇ ਤੋ ਬਹੁਤ ਹੀ ਖੁਸ਼ੀ ਹੂੰ। जी हम पाकिस्तान के सूबा सिंध से आए और फर्स्ट टाइम हम भारत की धरती पे आ गए हैं तो बड़े खुश नसीब हैं कि अमृतसर साहिब गुरु रामदास महाराज की नगरी और दिल्ली गुरुद्वारे साहिब के जो जो ऐतिहासिक गुरुद्वारे साहिब हैं तो उसके हमें दीदार मिलेंगे। तकरीबन हर एक का ये सपना होता कि असि दरबार साहब जाके दर्शन करिए ते आज असि इत्थे आए हैं बहुत खुशी हुई है। 25 दिन का वीजा लगा था थोड़ी नरमी की जाए। अज पाकिस्तान तो सिख श्रद्धालुओं का जत्था अटारी वाहगा सरहद राही भारत पहुंचा। यह जत्था गुरु धामा दे दर्शन करने तो बाद 9 फरवरी नूं अटारी वाहगा सरहद राही वापस पाकिस्तान जाएगा। 44 के करीब सिख श्रद्धालुओं का यह जत्था पाकिस्तान ननकाना साहब तो भारत दर्शन करने लिए आया है। पंजाब अते दिल्ली च अपने गुरु धामा दे दर्शन करेगा अते इस जत्थे की अगुवाई सरदार हरभजन सिंह सेखूपुरा ਨਨਕਾਣਾ ਸਾਹਿਬ ਕਰ ਰਹੇ ਨੇ। ਇਹ ਜੱਥਾ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਮੁੜ ਦਿੱਲੀ ਲਈ ਰਵਾਨਾ ਹੋਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਜੱਥੇ 'ਚ ਸ਼ਾਮਿਲ ਸ਼ਰਧਾਲੂਆਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਭਜਨ ਸਿੰਘ ਜੱਥੇਦਾਰ ਜਿਹੜੇ ਪਾਕਿਸਤਾਨ ਤੋਂ ਜਿੰਨਾ ਵੀ ਜੱਥਾ ਆਇਆ ਹੈ 44 ਮੇਲ ਫੀਮੇਲ, ਸਾਨੂੰ ਅੱਜ ਬੜੀ ਖੁਸ਼ੀ ਹੈ ਕਿ ਜਿਹੜੇ ਪਹਿਲੀ ਵਾਰੀ ਆਏ ਹਨ ਉਹਨਾਂ ਦੀ ਤਾਂ ਖੁਸ਼ੀ ਦੀ ਇੰਤਿਹਾ ਨਹੀਂ ਹੈਗੀ। ਬੱਚੇ ਸਾਡੇ ਨਾਲ ਬੈਠੇ ਨੇ, ਫੈਮਿਲੀਆਂ ਸਾਡੇ ਨਾਲ ਬੈਠੀਆਂ ਨੇ, ਉਹ ਕਹਿ ਰਹੀ ਨੇ ਕਿ ਸਾਨੂੰ ਇੱਕ ਸੁਪਨਾ ਜਿਹਾ ਲੱਗ ਰਿਹਾ ਹੈ ਕਿ ਅਸੀਂ ਇੱਥੇ ਭਾਰਤ ਵਿੱਚ ਆਏ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਹਾਜ਼ਰੀ ਭਰਨ ਜਾ ਰਹੇ ਹਾਂ। ਅਸੀਂ ਧੰਨਵਾਦ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਭਾਈ ਪਰਮਜੀਤ ਸਿੰਘ ਚੰਡੋਗ ਜਿਹੜੇ ਉਹਨਾਂ ਦੇ ਸਲਾਹਕਾਰ ਨੇ, ਤੇ ਇੱਥੋਂ ਦੀ ਸਰਕਾਰ ਦਾ, BSF ਦਾ, ਬਾਰਡਰ ਤੇ ਸਾਨੂੰ ਬੜਾ ਪਿਆਰ ਦਿੱਤਾ, ਮਾਣ ਦਿੱਤਾ। ਕਾਰ ਸੇਵਾ ਬਾਬਾ ਸਤਨਾਮ ਸਿੰਘ ਗੁਰੂ ਕਾ ਬਾਗ ਵਾਲੇ, ਉਹਨਾਂ ਨੇ ਸਾਡੇ ਵਾਸਤੇ ਉਚੇਚੇ ਤੌਰ ਤੇ ਲੰਗਰ ਦਾ ਪ੍ਰਬੰਧ ਕੀਤਾ। ਸਾਨੂੰ ਬੜੀ ਖੁਸ਼ੀ ਹੋਈ। ਅਸੀਂ ਭਾਰਤ ਸਰਕਾਰ ਦਾ ਅਤੇ ਆਪਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਐਵੈਕਿਊਟਰਸ ਪ੍ਰੋਪਰਟੀ ਬੋਰਡ ਦਾ, ਕਿ ਜਿਨ੍ਹਾਂ ਨੇ ਸਵੇਰੇ ਨਨਕਾਣਾ ਸਾਹਿਬ ਤੋਂ ਲੈ ਕੇ ਸਾਡੇ ਬਾਰਡਰ ਤੱਕ ਇੱਥੇ ਸਾਡੇ ਨਾਲ ਸਿਕਿਉਰਟੀ ਸਾਨੂੰ ਦਿੱਤੀ, ਇੱਥੋਂ ਦੀ ਸਰਕਾਰ ਦੇ ਵੀ ਧੰਨਵਾਦ ਕਰਦੇ ਹਾਂ। ਅਤੇ ਆਖਰ 'ਚ ਇੱਕ ਬੇਨਤੀ ਕਰਾਂਗਾ ਮੈਂ ਕਿ ਸਾਡੇ ਪਾਕਿਸਤਾਨ ਦੇ ਵਿੱਚ ਬਹੁਤੀਆਂ ਸੰਗਤਾਂ ਹਨ ਕਿ ਉਹ ਦਰਸ਼ਨ ਦੀਦਾਰ ਕਰਨ ਵਾਸਤੇ ਆਉਣਾ ਚਾਹੁੰਦੀਆਂ ਹਨ। ਸੋ ਮੈਂ ਦੋਵਾਂ ਸਰਕਾਰਾਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਵੀਜ਼ਾ ਜਿਹੜਾ ਹੈਗਾ ਇਹਦੇ ਵਿੱਚ ਥੋੜ੍ਹੀ ਨਰਮੀ ਕੀਤੀ ਜਾਵੇ। ਜਿਵੇਂ ਹੁਣ ਸਾਡੇ ਕੋਲ ਬੱਚੇ ਆਏ ਹਨ, ਸਕੂਲਾਂ ਦੇ ਬੱਚੇ ਹਨ, ਪੜ੍ਹ ਰਹੇ ਹਨ, ਇਹਨਾਂ ਦੇ ਐਗਜ਼ਾਮ ਵੀ ਹੋ ਰਹੇ ਹਨ, ਪਰ ਸਾਡਾ ਵੀਜ਼ਾ ਬਹੁਤ ਲੇਟ ਕੀਤਾ ਗਿਆ ਸੀ, ਅਗਸਤ ਵਿੱਚ ਅਸੀਂ ਆਉਣਾ ਸੀ, ਪਰ ਚਲੋ ਹੁਣ ਵੀ ਧੰਨਵਾਦ ਕਰਦੇ ਹਾਂ। ਅਤੇ ਮੈਂ ਇੱਕ ਬੇਨਤੀ ਕਰਾਂਗਾ ਦੋਵਾਂ ਸਰਕਾਰਾਂ ਨੂੰ ਕਿ ਵੀਜ਼ਾ ਜਿਹੜਾ ਹੈਗਾ ਇਹਦੀ ਥੋੜ੍ਹੀ ਨਰਮੀ ਕੀਤੀ ਜਾਵੇ ਤਾਂ ਕਿ ਸੰਗਤਾਂ ਇੱਥੇ ਵਾਸਤੇ ਅਤੇ ਜਿਹੜੀ ਇੱਥੋਂ ਦੀਆਂ ਸੰਗਤਾਂ ਨੇ ਨਨਕਾਣਾ ਸਾਹਿਬ ਪਾਕਿਸਤਾਨ ਦੀ ਧਰਤੀ ਦੀ ਆ ਇੱਥੇ ਦਰਸ਼ਨ ਕਰ ਸਕਣ। ਕਿੰਨੇ ਦਿਨ ਦਾ ਵੀਜ਼ਾ ਲੱਗਾ? ਸਾਡਾ ਇੱਥੇ 25 ਦਿਨਾਂ ਦਾ ਵੀਜ਼ਾ ਹੈਗਾ, ਅੰਮ੍ਰਿਤਸਰ ਤੇ ਦਿੱਲੀ ਦਾ ਵੀਜ਼ਾ ਸਾਡਾ। ਜਦੋਂ ਇੰਡੀਆ ਆਉਣਾ ਹੁੰਦਾ ਹਰ ਇੱਕ ਦੇ ਮਨ 'ਚ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਨੇ, ਡਰ ਹੁੰਦਾ, ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਲੱਗਾ ਐਕਚੁਅਲੀ ਜਦੋਂ ਤੁਸੀਂ ਬਾਰਡਰ ਕ੍ਰੋਸ ਕਰਕੇ ਆਏ? ਹਾਂਜੀ, ਤੁਹਾਡੇ ਮਨ 'ਚ ਕੋਈ ਡਰ ਜਾਂ ਕੁਝ ਇਹੋ ਜਿਹਾ ਕੁਝ ਲੱਗਾ ਜਾਂ ਕੀ ਕਹਿਣਾ ਚਾਹੋਗੇ? ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ ਹੈਗੀ, ਕਿਉਂਕਿ ਕਹਿਣ ਵਾਲ ਤਾਂ ਬਥੇਰਾ ਕੁਝ ਕਹਿ ਲੈਂਦੇ ਨੇ, ਪਰ ਐਸੀ ਕੋਈ ਗੱਲ ਨਹੀਂ ਸੀ। ਬੜਾ ਮਾਣ ਸਾਨੂੰ ਮਿਲਿਆ, ਪਿਆਰ ਮਿਲਿਆ ਬਾਰਡਰ ਤੇ BSF ਵਾਲਿਆਂ ਨੇ, ਤੇ ਇੱਥੇ ਜਿਹੜੀ ਵੀ ਹੋਰ ਜਿਹੜੀ ਇੱਥੇ ਸੰਸਥਾਵਾਂ ਨੇ ਬੜਾ ਪਿਆਰ ਸਾਨੂੰ ਦਿੱਤਾ। ਪਰ ਜਿਹੜੀ ਖੁਸ਼ੀ ਦੀ ਇੰਤਹਾ ਹੈ, ਬੱਚਿਆਂ ਕੋਲੋਂ ਪੁੱਛੋ ਕਿ ਇਹਨਾਂ ਦੀ ਮਨ ਦੀ ਕੀ ਭਾਵਨਾ ਹੈਗੀ, ਬੜੇ ਖੁਸ਼ ਨੇ ਅੱਜ। ਅੱਜ ਕਹਿ ਰਹੇ ਨੇ ਕਿ ਹੁਣ ਵੀ ਸਾਨੂੰ ਇੱਕ ਸੁਪਨਾ ਹੀ ਲੱਗ ਰਿਹਾ ਕਿ ਅਸੀਂ ਲੱਗਦਾ ਇਸ ਪਾਕਿਸਤਾਨ 'ਚ ਹਾਲ ਤੱਕ ਗਏ ਨਹੀਂ ਹੈਗੇ ਅਸੀਂ। ਕਿੰਨੀ ਕੁ ਗਿਣਤੀ ਦੇ ਵਿੱਚ ਅਜਿਹੇ ਸਿੱਖ ਸੰਗਤ ਆਈ ਹੈ ਜਿਹੜੀ ਕਿ ਪਹਿਲੀ ਦਫ਼ਾ ਆਈ? ਹਾਂ,
तकरीबन 44 ਦੇ ਵਿੱਚ ਮੇਰੇ ਖਿਆਲ 30 ਕੋ ਬੰਦੇ ਐਸੇ ਜਿਹੜੇ ਪਹਿਲੀ ਵਾਰੀ ਆ ਬੱਚੇ ਤੇ ਮੋਸਟਲੀ ਪਹਿਲੀ ਵਾਰੀ ਆਏ ਨੇ ਜਿਹੜੇ ਯੰਗ ਮੁੰਡੇ ਨੇ ਇਹ ਵੀ ਪਹਿਲੀ ਵਾਰੀ ਆਏ ਨੇ ਜਿਹੜੇ ਮੇਰੇ ਨਾਲ ਦੋ ਬੈਠੇ ਨੇ ਤੇ ਕੁਝ 13-14 ਪਰਸਨ ਐਸੇ ਨੇ ਪਹਿਲੀ ਵੀ ਆ ਚੁੱਕੇ ਨੇ ਕੀ ਕਹਿਣਾ ਚਾਹੋਗੇ ਜੇ 200 ਸਰੂਪ ਆਣੇ ਸੀ ਪਾਕਿਸਤਾਨ ਤੋਂ ਜਿਹੜੇ ਨਹੀਂ ਆਏ ਹਾਂ ਦੇ ਦੂਸਰਾ ਸਰੂਪ ਸਨ ਇਹ ਉੱਥੇ ਦੀ ਸੂਬਾ ਜਿਹੜਾ ਹੈਗਾ ਸੂਬਾ ਸਿੰਧ ਕਰਾਚੀ ਵਾਲਾ ਪਾਸਾ ਹੈ ਉਹਨਾਂ ਜਿਹੜੀ ਸਿੰਘ ਹੈਗੇ ਕਸ਼ਮੀਰ ਦੇ ਵਿੱਚ ਰਹਿੰਦੇ ਹਨ ਕਰਾਚੀ ਵਿੱਚ ਰਹਿੰਦੇ ਹਨ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ ਕਿ ਵੰਡ ਵੇਲੇ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਇੰਨੇ ਸਰੂਪ ਉੱਥੇ ਇਕੱਠੇ ਕੀਤੇ ਕਿਉਂਕਿ ਜਦੋਂ ਵੰਡ ਹੋਈ ਵੰਡ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੀ ਹੋਇਆ ਅਤੇ ਸਿੱਖਾਂ ਕੋਲ ਗੁਰੂ ਘਰ ਘਰ ਬਾਰ ਸਾਰਾ ਕੁਝ ਰਹਿ ਗਿਆ ਸੀ ਸਿੰਧ ਦੀ ਜਿਹੜੀ ਸੰਗਤ ਹੈ ਇਹ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਇਹਨਾਂ ਨੇ ਸਰੂਪ ਇਕੱਠੇ ਕੀਤੇ ਨੇ ਅਤੇ ਦਿੱਲੀ ਕਮੇਟੀ ਬਹੁਤ ਉਚੇਚੇ ਤੌਰ ਤੇ ਨਗਰ ਕੀਰਤਨ ਵਾਸਤੇ ਉਹਨਾਂ ਨੇ ਪ੍ਰਬੰਧ ਕੀਤਾ ਸੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਜਾਜ਼ਤ ਦੇ ਦਿੱਤੀ ਸੀ ਪਰ ਉਹਦਾ ਕਾਰਨ ਇਹ ਜੋ ਸਾਨੂੰ ਪਤਾ ਲੱਗਿਆ ਕਿਉਂਕਿ ਨਨਕਾਣਾ ਸਾਹਿਬ ਤੋਂ ਜਿਹੜਾ ਕਸ਼ਮੀਰ ਇਲਾਕਾ ਹੈਗਾ 700 ਕਿਲੋਮੀਟਰ ਦੂਰੀ ਤੇ ਆ ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਮਰਿਆਦਾ ਸਹਿਤ ਉਹਨਾਂ ਦੀ ਸੇਵਾ ਨਹੀਂ ਹੋਈ ਸੋ ਪਾਕਿਸਤਾਨ ਕਮੇਟੀ ਨੇ ਕਿਹਾ ਕਿ ਇੱਥੋਂ ਦੀ ਕਮੇਟੀ ਨੂੰ ਕਿਹਾ ਗਿਆ ਕਿ ਜਿੰਨਾ ਚਿਰ ਇਹਦੀ ਪੂਰਨ ਮਰਿਆਦਾ ਤਹਿਤ ਦੀ ਸੇਵਾ ਨਹੀਂ ਹੋਵੇਗੀ ਕਿਉਂਕਿ ਦੇਖੋ ਸਾਡੀ ਵੰਡ ਵੇਲੇ ਵੀ ਸਾਡਾ ਨੁਕਸਾਨ ਹੋਇਆ ਸਾਡਾ ਪੁਰਾਤਨ ਇਤਿਹਾਸ ਸਾਰਾ ਖਤਮ ਹੋ ਗਿਆ ਵਾ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸਾਡਾ ਪੁਰਾਤਨ ਇਤਿਹਾਸ ਹੈ ਅਸੀਂ ਸਾਡੀ ਕਮੇਟੀ ਪਾਕਿਸਤਾਨ ਕਮੇਟੀ ਇਹਦੀ ਮਸਲਨ ਪੂਰੀ ਮਰਿਆਦਾ ਤਹਿਤ ਸੰਗਤਾਂ ਨੂੰ ਬਿਠਾ ਕੇ ਇਹਦੀ ਸੇਵਾ ਕਰੇਗੀ ਗੁਰੂ ਗ੍ਰੰਥ ਸਾਹਿਬ ਸਰੂਪਾਂ ਦੀ ਰੁਮਾਲੀਆਂ ਦੀ ਸੇਵਾ ਹੋਏਗੀ ਫਿਰ ਜੋ ਵੀ ਹੋਏਗਾ ਉਹ ਆਪ ਸਰਕਾਰ ਨੂੰ ਦੱਸ ਦਿੱਤਾ ਜਾਵੇਗਾ ਜੀ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰੀਏ ਤੇ ਅੱਜ ਅਸੀਂ ਇੱਥੇ ਆਏ ਆ ਬਹੁਤ ਖੁਸ਼ੀ ਹੋਈ ਹੈ ਇਸ ਤਰ੍ਹਾਂ ਦਾ ਮਨੁੱਖੀ ਹੋ ਰਿਹਾ ਬਹੁਤ ਅੱਛਾ ਲੱਗ ਕੀ ਕਹਿਣਾ ਚਾਹੋਗੇ ਦੋਵਾਂ ਸਰਕਾਰਾਂ ਨੂੰ ਜਿਹੜਾ ਆਪਸੀ ਭਾਈਚਾਰਾ ਪਿਆਰ ਬਣਿਆ ਜਿਹੜਾ ਕੁਝ ਕਹਿਣਾ ਸੀ ਉਹ ਕਹਿ ਚੁੱਕੇ ਆ ਤੇ ਫਿਰ ਵੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਵੀਜ਼ਿਆਂ 'ਚ ਥੋੜੀ ਨਰਮੀ ਕੀਤੀ ਜਾਵੇ ਤਾਂ ਕਿ ਬੱਚੇ ਜਿਹੜੇ ਆਉਂਦੇ ਨੇ ਉਹ ਆਸਾਨੀ ਨਾਲ ਆ ਸਕਣ ਕਿਹੜੀ ਤਰੀਕ ਨੂੰ ਵਾਪਸ ਜਾ ਰਹੇ ਹੋ ਅਸੀਂ 9 ਤਰੀਕ ਨੂੰ ਵਾਪਸ ਜਾ ਰਹੇ ਹਾਂ ਸਾਡਾ ਪੰਜਾਬ ਤੇ ਦਿੱਲੀ ਹਾਂਜੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਮੈਂ ਪਿਸ਼ਾਵਰ ਪਾਕਿਸਤਾਨ ਸੇ ਬਿਲੋਂਗ ਕਰਤਾ ਹੂੰ ਔਰ ਹਮ ਅੱਜ ਯਹਾਂ ਪਰ ਹਮਾਰਾ ਫਸਟ ਟਾਈਮ ਹੈ ਹਮ ਇੰਡੀਆ ਆਏ ਹੈ ਔਰ ਹਮੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਹਮ ਦੋਨੋਂ ਦੇਸ਼ੋਂ ਕਾ ਜੋ ਹੈ ਨਾ ਬਹੁਤ ਧੰਨਵਾਦ ਕਰਤੇ ਦਿਲ ਸੇ ਜੋ ਹਮੇ ਕੋਈ ਵੀ ਤਕਲੀਫ ਨਹੀਂ ਹੋਈ ਹਮ ਬਹੁਤ ਹੀ ਖੁਸ਼ ਹੈ ਯਹਾਂ ਪਰ ਹਮਾਰੇ ਸਾਥ ਜਿੰਨੇ ਵੀ ਯਾਤਰੀ ਸੇ ਸਭ ਪਹਿਲੀ ਵਾਰ ਹੀ ਜਾ ਰਹੇ ਹੈ ਫਸਟ ਟਾਈਮ ਹੈ ਸਭ ਕਾ ਯਹਾਂ ਪਰ ਮੈਂ ਵੀ ਤਕਰੀਬਨ 44 ਯਾਤਰੀ ਹੈ ਔਰ ਬਹੁਤ ਹੀ ਖੁਸ਼ ਹੈ ਸਾਰੇ ਸਭ ਬਹੁਤ ਇਤਨੇ ਐਕਸਾਈਟਿਡ ਹੈ ਮਤਲਬ ਮੈਂ ਇਤਨਾ ਖੁਸ਼ ਹੂੰ ਮੈਂ ਬਤਾ ਨਹੀਂ ਸਕਤਾ ਕਿਉਂਕਿ ਪਹਿਲੀ ਵਾਰ ਮੈਂ ਇੰਡੀਆ ਆਇਆ ਹੂੰ ਔਰ ਅਭੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨ ਕਰੇਂਗੇ ਦਿੱਲੀ ਜਾਏਂਗੇ ਤੋ ਬਹੁਤ ਹੀ ਖੁਸ਼ੀ ਹੂੰ ਔਰ ਯੇ ਮੇਰੇ ਅਜੇਸ਼ ਕੁਮਾਰ ਜੀ ਹਮ ਪਾਕਿਸਤਾਨ ਕੇ ਸੂਬਾ ਸਿੰਧ ਸੇ ਆਏ ਔਰ ਫਸਟ ਟਾਈਮ ਹਮ ਭਾਰਤ ਕੀ ਧਰਤੀ ਪੇ ਆ ਗਏ ਤੋ ਬੜੇ ਖੁਸ਼ ਨਸੀਬ ਹੈ ਕਿ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਕੀ ਨਗਰੀ ਔਰ ਦਿੱਲੀ ਗੁਰਦੁਆਰੇ ਸਾਹਿਬ ਕੇ ਜੋ ਇਤਿਹਾਸਿਕ ਗੁਰਦੁਆਰੇ ਸਾਹਿਬ ਹੈ ਉਸਕੇ ਹਮੇ ਦੀਦਾਰ ਮਿਲਣਗੇ ਬੜੀ ਮਿਹਰਬਾਨੀ ਦੋਨੋਂ ਸਰਕਾਰ ਸੇ ਯਹੀ ਗੁਜ਼ਾਰਿਸ਼ ਹੈ ਹਰਭਜਨ ਸਿੰਘ ਭਾਈ ਨੇ ਵੀ ਬੋਲਾ ਤਾ ਬੇਨਤੀ ਕੀਤੀ ਦੋਨੋਂ ਸਰਕਾਰਾਂ ਨੂੰ ਕਿ ਮਿਹਰਬਾਨੀ ਕਰੋ ਵੀਜ਼ਾ ਵਿੱਚ ਨਰਮੀ ਕਰੋ ਤਾਂ ਕਿ ਇਹ ਆਣਾ ਜਾਣਾ ਔਰ ਹਮੇ ਦੀਦਾਰ ਨਸੀਬ ਹੋ ਕਿਉਂਕਿ ਹਮ ਗੁਰੂ ਨਾਨਕ ਨਾਮ ਲੈਵਾਏ ਹਮਾਰੀ ਯਹੀ ਹਜ ਯਹੀ ਦੀਨ ਯਹੀ ਈਮਾਨ ਹਮਾਰਾ ਯਹੀ ਹੈ ਜੀ 44 ਕਿਹੜਾ ਮਨ ਤੋਂ ਫੀਲ ਹੋ ਰਿਹਾ ਕਿ ਆਪ ਨਹੀਂ ਨਹੀਂ ਬੜੀ ਬੜੀ ਖੁਸ਼ੀ ਔਰ ਫਸਟ ਟਾਈਮ ਹਮ ਆਏ ਬੜੀ ਖੁਸ਼ ਨਸੀਬ ਹੈ ਔਰ ਸਿੰਧ ਸੇ ਜੇ ਹਮ ਗੁਰੂ ਨਾਨਕ ਨਾਮ ਲੈਵਾਏ ਜੀ ਅੱਜ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮੀਤ ਸਿੰਘ ਆ ਤੇ ਅਸੀਂ ਨਨਕਾਣਾ ਸਾਹਿਬ ਤੋਂ ਆਏ ਹਾਂ ਕੋਈ 45 ਬੰਦੇ ਹਾਂ ਤੇ ਗੁਰਦਾਮਾ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਬਹੁਤ ਅੱਛਾ ਮਾਹੌਲ ਲੱਗ ਰਿਹਾ 25 ਦਿਨ ਦਾ ਵੀਜ਼ਾ ਲੱਗਾ ਸਾਡਾ ਅਸੀਂ 8 ਤਰੀਕ ਨੂੰ ਜਾਂ 9 ਤਰੀਕ ਨੂੰ ਵਾਪਸ ਜਾਵਾਂਗੇ ਬਸ ਜਿਹੜਾ ਰਸਤਾ ਇਹਨਾਂ ਨੇ ਬੰਦ ਕੀਤਾ ਉਹ ਖੋਲ ਦੇਣ ਏਵਨ ਮੀਡੀਆ ਲਈ ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਖਾਸ ਰਿਪੋਰਟ।